ਦੁਕਾਨ ਤੇ ਕੰਮ ਕਰਨ ਡਿਆ ਸੀ ਕਿੱਥੇ ਕੋਟਲੇ ਸ਼ਾਹੀ ਤੇ ਮੇਰੀ ਦੁਕਾਨ ਦੇ ਅੰਦਰ ਬੰਨ ਪਛਾਦੇ ਬੰਦੇ ਆ ਮੈਨੂੰ ਕੁੱਟ ਮਾਰ ਕਰ ਗਏ ਤੁਹਾਨੂੰ ਕਿੱਥੇ ਸ਼ੱਕ ਆ ਸ਼ੱਕ ਮੈਨੂੰ ਕੋਟ ਤੋਂ ਡਰਮਾ ਲਾ ਲਿਆ ਤੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਤੁਹਾਡੇ ਦੁਕਾਨ ਨੂੰ ਸੱਟਾਂ ਮੈਂ ਮੱਥੇ ਤੇ ਨਰਕ ਤੇ ਕਿੱਥੇ ਮਾਰ ਲਾਤੇ ਮਾਰ ਕੀ ਕੰਮ ਕਰਦੇ ਹੋ ਤੁਸੀਂ ਮੈਂ ਸਲੋਨ ਦਾ ਕੰਮ ਕਰਦਾ ਤੇ ਮੈਂ ਇਨਸਾਫ ਚਾਹੁੰਦਾ ਵਾਂ ਜੋ ਵੀ ਕਾਰਵਾਈ ਹੋਈ ਕੀਤੀ ਜਾਵੇ ਬਟਾਲੇ ਦੇ ਪ੍ਰਧਾਨ ਪ੍ਰਧਾਨ ਜੀ ਹੁਣਾਂ ਨੂੰ ਸੱਦਿਆ ਇੱਥੇ ਲੋਕ ਅੱਗੇ ਇਸੇ ਤਹਿਤ ਵਿਜੇ ਤਰੇਨ ਜੀ ਇੱਥੇ ਪਹੁੰਚੇ ਨੇ ਇਸ ਕੇਸ ਦੇ ਮਸਲੇ ਜੀ ਆਓ ਉਹਨਾਂ ਦੇ ਕੁਛ ਵਿਚਾਰ ਸੁਣਦੇ ਆ ਜੋ ਪ੍ਰਸ਼ਾਸਨ ਤੋਂ ਇਸ ਮਸਲੇ 'ਤੇ ਕੀ ਮੰਗ ਕਰਦੇ ਨੇ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਇਹ ਛੋਟੇ ਵੀਰ ਦਾ ਫੋਨ ਆਇਆ ਥੋੜ੍ਹੀ ਦੇਰ ਪਹਿਲਾਂ ਕਿ ਮੇਰਾ ਰਾਤੀ ਇਸ ਤਰ੍ਹਾਂ ਝਗੜਾ ਹੋਇਆ ਕੁਛ ਅਣਪਛਾਤੇ ਵਿਅਕਤੀ ਜਿਨ੍ਹਾਂ ਦਾ ਇਹਨਾਂ ਨੂੰ ਸ਼ੱਕ ਹੈ ਕਿ ਕੋਟ ਟੋਡਰਮੱਲ ਕੋਈ ਰਿਸ਼ਤੇ ਨੂੰ ਲੈ ਕੇ ਥੋੜ੍ਹੀ ਗੱਲਬਾਤ ਇਹਨਾਂ ਦੀ ਚੱਲਦੀ ਸੀ ਕੋਈ ਧੱਕੇ ਨਾਲ ਲੜਕੀ ਵਿਆਹ ਕਰਨਾ ਚਾਹੁੰਦੀ ਸੀ ਇਹਨਾਂ ਨਾਲ ਪਰ ਇਹਨਾਂ ਦੇ ਘਰਦੇ ਨਹੀਂ ਸੀ ਮੰਨਦੇ ਨਾ ਇਹ ਆਪ ਹੀ ਮੰਨਦਾ ਸੀਗਾ ਸਿਰਫ ਮਾੜੀ ਜੀ ਜਿਵੇਂ ਰਿਸ਼ਤੇ ਦੀ ਕੋਈ ਗੱਲ ਚੱਲਦੀ ਆ ਅਤੇ ਨਹੀਂ ਪਸੰਦ 100 ਗੱਲਾਂ ਹੋ ਜਾਂਦੀਆਂ ਚਲੋ ਉਹਨੂੰ ਲੈ ਕੇ ਕੁਛ ਇਹਨਾਂ ਨੂੰ ਫੋਨ ਵੀ ਇੱਕ ਆਇਆ ਇਸ ਮਸਲੇ 'ਚ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਹਮਲਾ ਹੋਇਆ ਇਹ ਕਟਿੰਗ ਦਾ ਕੰਮ ਕਰਦੇ ਆ ਹੇਅਰ ਕਟਿੰਗ ਦਾ ਅਤੇ ਇਹਨਾਂ ਦੀ ਦੁਕਾਨ ਦੇ ਅੰਦਰ ਆ ਕੇ ਕੋਟਲਾ ਸ਼ਾਹੀਆਂ ਦੇ ਵਿੱਚ 5-6 ਅਣਪਛਾਤੇ ਵਿਅਕਤੀ ਨੇ ਜਿਨ੍ਹਾਂ ਨੇ ਆ ਕੇ ਜਾਨਲੇਵਾ ਹਮਲਾ ਕੀਤਾ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਵਾਂ ਕਿ ਤੁਸੀਂ ਇਸ ਸਾਡੇ ਵੀਰ ਨੂੰ ਇਨਸਾਫ ਦਿਓ ਇਸ ਤਰ੍ਹਾਂ ਤੇ ਦਿਨ ਦਿਹਾੜੇ ਆ ਕੇ ਕੋਈ ਵੀ ਕਿਸੇ ਨੂੰ ਮਾਰਨ ਤੱਕ ਜਾਨੋਂ ਮਾਰਨ ਤੱਕ ਚਲਾ ਜਾਏ ਤਾਂ ਜੰਗਲ ਰਾਜ ਵਾਲੀ ਗੱਲ ਬਣ ਜਾਏਗੀ ਸੋ ਮੈਂ ਵਿਸ਼ਵਾਸ ਕਰਦਾ ਮੈਨੂੰ ਮਾਣ ਹੈ ਮੈਂ ਜਸਪਾਲ ਸਿੰਘ ਥਾਣੇਦਾਰ ਸਾਹਿਬ ਨੂੰ ਜਿਹੜੇ ਆਈ ਹੋ ਨੇ ਇਹਨਾਂ ਦੇ ਮੈਂ ਉਹਨਾਂ ਨਾਲ ਗੱਲ ਕੀਤੀ ਆ ਉਹ ਕਹਿੰਦੇ ਆ ਕਿ ਆਪਾਂ ਸਵੇਰੇ ਜੋ ਵੀ ਆ ਪੂਰੀ ਕਾਰਵਾਈ ਕਰਾਂਗੇ ਜਿਨ੍ਹਾਂ 'ਤੇ ਇਹਨਾਂ ਨੂੰ ਸ਼ੱਕ ਆ ਉਹਨਾਂ ਨੂੰ ਰੇਡ ਮਾਰ ਕੇ ਚੁੱਕੇ ਲਿਆਵਾਂਗੇ ਆਪਾਂ ਪੂਰੀ ਪੁੱਛਤਾਣ ਵੀ ਕਰਾਂਗੇ ਬਾਕੀ ਜੋ ਇਹਨਾਂ ਦੇ ਸੱਟਾਂ ਲੱਗੀਆਂ ਨੇ ਜੋ MLR ਦੇ ਆਧਾਰ 'ਤੇ ਸੱਟਾਂ ਦੀ ਜੋ ਧਾਰਾ ਬਣਦੀਆਂ ਨੇ ਉਹ ਧਾਰਾ ਲਾ ਕੇ ਪਰਚਾ ਦਰਜ ਕਰਕੇ ਬੰਦਿਆਂ ਨੂੰ ਬਣਦੀਆਂ ਸਜ਼ਾਵਾਂ ਦੇਵਾਂਗੇ ਸੋ ਮੈਨੂੰ ਵਿਸ਼ਵਾਸ ਆ ਮੈਂ ਪੰਨੂ ਸਾਹਿਬ ਨਾਲ ਵੀ ਗੱਲ ਕੀਤੀ ਹੈ ਫਾਰਮਾਸਿਸਟ ਸਾਹਿਬ ਨਾਲ ਉਹਨਾਂ ਨੇ ਵੀ ਮੈਨੂੰ ਕਿਹਾ ਹੈ ਕਿ ਜੋ ਵੀ ਇਹਨਾਂ ਦੀਆਂ ਜੈਨੂਅਨ ਸੱਟਾਂ ਬਣਦੀਆਂ ਸੀ ਉਹਦੇ ਆਧਾਰ 'ਤੇ MLR ਕੱਟੀ ਗਈ ਆ ਹੋਰ ਵੀ ਜੇ ਕੋਈ ਉਹਦੇ ਵਿੱਚ ਅੰਡਰ ਐਕਸਰੇ ਵਾਧਾ ਜੁਰਮ ਬਣਦਾ ਹੋਇਆ ਜ਼ਰੂਰ ਉਹਦੀ ਰਿਪੋਰਟ ਜਿਹੜੀ ਹੈ ਥਾਣੇ 'ਤੇ ਪਹੁੰਚਾਵਾਂਗੇ ਜੋ ਇਹਨੂੰ ਇਨਸਾਫ ਮਿਲ ਸਕੇ ਸੋ ਮੈਂ ਇਹੀ ਪ੍ਰਸ਼ਾਸਨ ਨੂੰ ਮੰਗ ਕਰਦਾ ਕਿ ਇਹਨੂੰ ਪੂਰਾ ਇਨਸਾਫ ਦਿੱਤਾ ਜਾਵੇ ਜਿਹੜਾ ਵੀ ਕੋਈ ਕਿਸੇ ਗਰੀਬ ਨਾਲ ਕੋਈ ਧੱਕਾ ਕਰਦਾ ਲੋਕ ਇਨਸਾਫ ਪਾਰਟੀ ਲੋਕਾਂ ਦੇ ਇਨਸਾਫ ਲਈ ਬਣੀ ਆ ਸੋ ਦਾਸ ਬਟਾਲਾ ਤੋਂ ਹਲਕਾ ਇੰਚਾਰਜ ਮੈਨੂੰ ਇਹਨਾਂ ਦਾ ਫੋਨ ਆਇਆ ਜੋ ਮੇਰਾ ਹੱਕ ਸੱਚ ਦੀ ਵਾਸਤੇ ਮੇਰੀ ਆਵਾਜ਼ ਬਣਦੀ ਹੈ ਮੈਂ ਇਹਦੀ ਆਵਾਜ਼ ਬਣਾਂਗਾ ਇਹਨੂੰ ਮੈਂ ਇਨਸਾਫ ਦਵਾਂਗਾ ਬਿਲਕੁਲ ਜੀ ਇਹ ਨੇ ਵਿਜੇ ਤਰੇਨ ਜੀ PST ਨੰਬਰ 1 ਨਿਊਜ਼ ਚੈਨਲ ਦੇ ਨਾਲ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਆਲਸੋ ਪ੍ਰੈਸ ਦਿਸ ਬੈਲ ਆਈਕਨ